ਦੋਸਤੋ ਮੈਂ ਜਗਦੀਪ ਸਿੰਘ ਕੈਂਥ, ਤੁਸੀਂ ਦੇਖ ਰਹੇ ਹੋ ਜਗ ਨਿਊਜ਼। ਸੋ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤਾਂ ਹੁਣ ਵੱਧਦਿਆਂ ਆਪਾਂ ਅੱਜ ਦੀ ਤਾਜ਼ਾ ਖਬਰ ਦੇ ਵੱਲ। ਕੇਂਦਰ ਸਰਕਾਰ ਨੇ ਘਰੇਲੂ ਗੈਸ ਸਬਸਿਡੀ ਦੀ ਦੁਰਵਰਤੋਂ ਰੋਕਣ ਲਈ ਚੁੱਕੇ ਸਖਤ ਕਦਮ। ਪਤੀ ਪਤਨੀ ਦੇ ਨਾਂ 'ਤੇ ਵੱਖ ਵੱਖ ਗੈਸ ਕਨੈਕਸ਼ਨ ਚਲਾਉਣ ਵਾਲਿਆਂ ਖਿਲਾਫ਼ ਵੀ ਹੋਵੇਗੀ ਸਖਤ ਕਾਰਵਾਈ। ਗੈਸ ਕੰਪਨੀਆਂ ਵੱਲੋਂ ਹਰ ਖਪਤਕਾਰ ਨੂੰ KYC ਯੋਜਨਾ ਦੇ ਨਾਲ, KYC ਦਾ ਮਤਲਬ ਹੈ ਨੋ ਯੂਅਰ ਕਸਟਮਰ, ਜਿਹੜਾ ਅਪਡੇਟ ਕਰਨਾ ਹੁੰਦਾ ਹੈ ਉਹਦੇ ਨਾਲ ਜੋੜਨ ਦੇ ਨਿਰਦੇਸ਼ ਜਾਰੀ ਕੀਤੇ ਨੇ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖਪਤਕਾਰਾਂ ਨੂੰ ਘਰੇਲੂ ਗੈਸ ਸਿਲੰਡਰ 'ਤੇ ਮੁਹੱਈਆ ਕਰਵਾਈ ਜਾ ਰਹੀ ਸਬਸਿਡੀ ਦੀ ਦੁਰਵਰਤੋਂ ਰੋਕਣ ਦੇ ਲਈ ਇਹ ਸਖਤ ਕਦਮ ਚੁੱਕੇ ਗਏ ਨੇ, ਜਿਸ ਤਹਿਤ ਗੈਸ ਕੰਪਨੀਆਂ ਦੇ ਅਧਿਕਾਰੀਆਂ ਰਾਹੀਂ ਏਜੰਸੀ ਡੀਲਰਾਂ ਨੂੰ ਹਰ ਖਪਤਕਾਰ ਨੂੰ KYC ਗ੍ਰਾਹਕ ਪਹਿਚਾਣ ਪ੍ਰਕਿਰਿਆ ਯੋਜਨਾ ਨਾਲ ਜੋੜਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੋ ਉਹ ਸਤਰਕ ਹੋ ਜਾਣ ਜਿਹੜੇ ਘਰੇਲੂ ਗੈਸ ਸਿਲੰਡਰ ਦੇ ਨਾਲ ਵਪਾਰਕ ਕੰਮ ਕਾਜ ਕਰਦੇ ਹਨ। ਅਸਲ 'ਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਨੇ ਸਾਰੇ LPG ਖਪਤਕਾਰ ਕਰਨ ਲਈ ਬਾਇਓਮੈਟ੍ਰਿਕ ਤਸਦੀਕੀਕਰਨ, ਆਧਾਰ ਕਾਰਡ ਅਤੇ KYC ਵਰਗੀਆਂ ਮਹੱਤਵਪੂਰਨ ਯੋਜਨਾਵਾਂ ਨਾਲ ਲਿੰਕ ਕਰਨ ਦੇ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਸਾਰੇ ਖਪਤਕਾਰਾਂ ਨੂੰ ਉਕਤ ਯੋਜਨਾ ਨਾਲ ਜੋੜਨ ਲਈ 31 ਜਨਵਰੀ 2024 ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੈ। ਇਸ ਸਮੇਂ ਦੇ ਵਿੱਚ ਸਾਰਿਆਂ ਨੇ ਆਪਣੇ KYC ਮੁਕੰਮਲ ਕਰਨੇ ਹਨ। ਇਹ ਗੱਲ ਹੋਰ ਦੱਸਦੀ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਸਿਰਫ 5% ਦੇ ਦਰ ਨਾਲ GST ਲਗਾਈ ਜਾ ਰਹੀ ਹੈ, ਜਦੋਂ ਕਿ ਕਮਰਸ਼ੀਅਲ ਗੈਸ ਸਿਲੰਡਰ ਦੇ ਉੱਤੇ 18% GST ਹੈ ਜਿਹੜੀ ਉਹ ਲਗਾਈ ਜਾਂਦੀ ਹੈ। ਤਾਂ ਇਸ ਦੇ ਨਾਲ ਇੱਕ ਵੱਡਾ ਫਰਕ ਸਿਲੰਡਰ ਦੀ ਕੀਮਤ ਦੇ ਉੱਤੇ ਆਉਂਦਾ ਹੈ। 14 ਕਿਲੋ 200 ਗ੍ਰਾਮ ਦਾ ਘਰੇਲੂ ਸਿਲੰਡਰ 930 ਰੁਪਏ ਦੇ ਵਿੱਚ, ਜਦਕਿ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 1875 ਰੁਪਏ ਦੇ ਕਰੀਬ ਪੈਂਦਾ ਹੈ। ਸੋ ਇਸ ਲਈ ਖਾਣ ਪੀਣ ਵਾਲੀਆਂ ਰੇਹੜੀਆਂ ਅਤੇ ਹੋਰ ਕਮਰਸ਼ੀਅਲ ਸੰਸਥਾਵਾਂ 'ਚ ਖੁੱਲ੍ਹੇਆਮ ਘਰੇਲੂ ਗੈਸ ਸਿਲੰਡਰ ਨੇ ਜਿਹੜੇ ਉਹ ਵਰਤੇ ਜਾ ਰਹੇ ਨੇ। ਸੋ ਉਸ ਚੀਜ਼ ਨੂੰ ਰੋਕਣ ਵਾਸਤੇ ਕੇਂਦਰ ਸਰਕਾਰ ਨੇ ਇਹ ਇੱਕ ਵੱਡਾ ਫੈਸਲਾ ਕੀਤਾ ਹੈ। ਜੁੜੇ ਰਹੋ ਜੱਗ ਨਿਊਜ਼ ਦੇ ਨਾਲ, ਵੱਧਦੇ ਹਾਂ ਇੱਕ ਹੋਰ ਨਵੀਂ ਖਬਰ ਦੇ ਵੱਲ। ਧੰਨਵਾਦ।